प्यारे विद्यार्थियों सब तो पहला मेरे चैनल बहुत बहुत पे ते ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਅੱਜ ਦੀ ਵੀਡੀਓ ਵਿੱਚ ਆਪਾਂ ਪੰਜਵੀਂ ਕਲਾਸ ਦੇ ਵਿਸ਼ਾ ਪੰਜਾਬੀ ਜੋ ਕਿ ਤੁਹਾਡੀ ਪਹਿਲੀ ਭਾਸ਼ਾ ਹੈ ਉਸ ਦੇ ਪੇਪਰ ਨੂੰ ਹੱਲ ਕਰਾਂਗੇ ਜੀ ਇਹ ਜੋ ਪੇਪਰ ਹੈ ਵਿਭਾਗ ਵੱਲੋਂ ਭੇਜਿਆ ਗਿਆ ਹੈ ਤੇ ਹੋਪ ਹੈ ਕਿ ਇਸ ਦੇ ਵਿੱਚੋਂ ਕਾਫੀ ਪੇਪਰ ਤੁਹਾਨੂੰ ਪ੍ਰੀ ਬੋਰਡ ਤੇ ਜੋ ਫਾਈਨਲ ਪੇਪਰ ਹੈ ਉਸ ਦੇ ਵਿੱਚ ਮਿਲ ਜਾਵੇਗਾ ਤੇ ਆ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਸ਼ਨਾਂ ਨੂੰ ਹੱਲ ਕਰਦੇ ਹਾਂ ਜੀ ਸੋ ਮੈਂ ਪਹਿਲੇ ਕੁਸ਼ਨ ਦੇ ਵਿੱਚ ਦੇਖੋ ਜੀ ਆਪਣੇ ਕੋ ਕੀ ਹੈ ਪਹਿਲਾ ਕੁਐਸਚਨ ਹੈ ਕਿ ਪੈਰੇ ਨੂੰ ਪੜ੍ਹ ਕੇ ਆਪਾਂ 1 ਤੋਂ ਲੈ ਕੇ 5 ਤੱਕ ਜੋ ਪ੍ਰਸ਼ਨ ਹਨ ਉਹਨਾਂ ਦੇ ਉੱਤਰ ਦੇਣੇ ਹਨ ਪਹਿਲਾਂ ਤੁਸੀਂ ਇਸ ਪੈਰੇ ਨੂੰ ਪੜ੍ਹ ਲੈਣਾ ਹੈ ਇਸ ਪੈਰੇ ਨੂੰ ਪੜ੍ਹ ਕੇ ਤਾਂ ਆਪਾਂ ਦੇਖਦੇ ਹਾਂ ਕਿ ਜੋ ਨੀਚੇ ਕੁਐਸਚਨ ਹਨ ਉਹਨਾਂ ਦੇ ਕੀ ਕੀ ਆਨਸਰ ਆਪਣੇ ਕੋ ਹੋ ਸਕਦੇ ਹਨ ਜੀ ਪਹਿਲਾ ਕੁਐਸਚਨ ਆਪਣੇ ਕੋ ਹੈ ਤਿਤਲੀਆਂ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਕੀ ਲੈ ਕੇ ਜਾਂਦੀਆਂ ਹਨ ਤੇ ਇਸ ਦਾ ਆਨਸਰ ਹੈ ਜੀ ਫੁੱਲਾਂ ਦਾ ਧੂੜਾ ਲੈ ਕੇ ਜਾਂਦੀਆਂ ਹਨ ਦੂਸਰਾ ਕੁਐਸਚਨ ਹੈ ਜੀ ਇਸ ਇਹ ਪੈਰਾ ਕਿਸ ਪਾਠ ਵਿੱਚੋਂ ਲਿਆ ਗਿਆ ਹੈ ਤੇ ਇਸ ਨੂੰ ਜੋ ਪੈਰਾ ਹੈ ਇਹ ਪਾਠ ਜੋ ਤੁਹਾਡਾ ਹੈ ਸਤਰੰਗੀ ਤਿਤਲੀ ਉਸ ਦੇ ਵਿੱਚੋਂ ਲਿਆ ਗਿਆ ਹੈ ਜੀ ਤੀਸਰਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ ਹੇਠਾਂ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਨਾਮ ਹੈ ਜੋ ਕਿਸੇ ਦੇ ਨਾਮ ਦੀ ਜਗ੍ਹਾ ਤੇ ਯੂਜ਼ ਹੋਇਆ ਹੈ ਤੇ ਉਸ ਨੂੰ ਆਪਣੇ ਕੋ ਹੈ ਜੀ ਤਿਤਲੀ ਚੌਥਾ ਪ੍ਰਸ਼ਨ ਹੈ ਹੇਠ ਲਿਖੇ ਵਾਕਾਂ ਵਿੱਚਲੇ ਟੁਕਲੇ ਟੁਕਮੇ ਸ਼ਬਦਾਂ ਦੇ ਵਚਨ ਬਦਲ ਕੇ ਸਹੀ ਵਿਕਲਪ ਕਿਹੜਾ ਹੋਵੇਗਾ ਇਸ ਦੇ ਵਿੱਚ ਦੇਖੋ ਆਪਾਂ ਲਿਖਿਆ ਹੈ ਮੈਂ ਤਾਂ ਸਭ ਦਾ ਦੋਸਤ ਹਾਂ ਤੇ ਇਸ ਦਾ ਆਪਾਂ ਕੀ ਕਰਨਾ ਹੈ ਜੀ ਵਚਨ ਬਦਲਾ ਹੈ ਵਚਨ ਦੇ ਵਿੱਚ ਦੇਖੋ ਮੈਂ ਮੈਂ ਦਾ ਵਚਨ ਕਿਹਾ ਜਾਏਗਾ ਅਸੀਂ ਇਟ ਮੀਨ ਇਹਦਾ ਆਨਸਰ ਕਿਹਾ ਜਾਏਗਾ ਅਸੀਂ ਤਾਂ ਸਭ ਦੇ ਦੋਸਤ ਹਾਂ ਸੀ ਆਪਸ਼ਨ ਆ ਜਾਏਗੀ ਜੀ ਨੈਕਸਟ ਹੈ ਜੀ ਆਪਣੇ ਕੋ ਪੈਰੇ ਵਿੱਚੋਂ ਹੀ ਪੜ੍ਹ ਕੇ ਆਪਾਂ ਇਹ ਕੁਐਸਚਨ ਲਿਖਣਾ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਕਿ ਡੱਬਾ ਖਰਗੋਸ਼ ਮਾਨ ਨਾਲ ਬੈਠਾ ਸੀ ਡੱਬਾ ਖਰਗੋਸ਼ ਸ਼ਰਮਸ਼ਾ ਸ਼ਰਮਸ਼ਾਰ ਹੋਇਆ ਬੈਠਾ ਸੀ ਡੱਬਾ ਖਰਗੋਸ਼ ਨਿਮੋਣਾ ਹੋਇਆ ਬੈਠਾ ਸੀ ਜਾਂ ਡੱਬਾ ਖਰਗੋਸ਼ ਉਦਾਸ ਹੋਇਆ ਬੈਠਾ ਸੀ ਤੇ ਇਸ ਦਾ ਆਨਸਰ ਹੈ ਜੀ ਡੱਬਾ ਖਰਗੋਸ਼ ਸ਼ਰਮਸਾਰ ਹੋਇਆ ਬੈਠਾ ਸੀ ਤੇ ਆਪ ਸ ਨੂੰ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਕੁਐਸਚਨ ਸਾਨੂੰ ਆਪਣੇ ਕੋਲ ਹੈ ਜੀ ਇਹ ਵੀ 5 ਨੰਬਰ ਦਾ ਪ੍ਰਸ਼ਨ ਹੈ ਆਪਣੇ ਕੋਲ ਇਹ ਤਸਵੀਰ ਨੂੰ ਦੇਖ ਕੇ ਆਪਾਂ ਕੁਐਸਚਨਾਂ ਦੇ ਆਨਸਰ ਦੇਣੇ ਹਨ ਜੀ ਹੇਠਾਂ ਦਿੱਤੀ ਤਸਵੀਰ ਨੂੰ ਦੇਖ ਕੇ ਦਿੱਤੇ ਗਏ ਪ੍ਰਸ਼ਨ ਨੰਬਰ 6 ਤੋਂ ਪ੍ਰਸ਼ਨ ਨੰਬਰ 10 ਤੱਕ ਦੇ ਉੱਤਰ ਵਿਕਲਪਾਂ ਵਿੱਚੋਂ ਚੁਣਨੇ ਆਪਾਂ ਇਹ ਦੇਖੋ ਜੀ ਜੋ ਤੁਹਾਨੂੰ ਇਹ ਜੋ ਤਸਵੀਰ ਹੈ ਤਸਵੀਰ ਦੇ ਵਿੱਚ ਆਪਾਂ ਦੇਖ ਕੇ ਇਹਨਾਂ ਦੇ ਆਨਸਰ ਦੇਣੇ ਹਨ ਜੀ ਪਹਿਲਾ ਆਪਣਾ ਹੈ ਜੀ ਪਾਠ ਪੁਸਤਕ ਦੀ ਇਸ ਤਸਵੀਰ ਵਿੱਚ ਬੱਚੇ ਕੀ ਕਰ ਰਹੇ ਹਨ ਤੇ ਇਸ ਨੂੰ ਆਪਾਂ ਨੂੰ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਬੱਚੇ ਜੋ ਹੈ ਉਹ ਸਵੇਰ ਦੀ ਸਵਾ ਕਰ ਰਹੇ ਹਨ ਸਵੇਰ ਦੀ ਸਵਾ ਦੇ ਵਿੱਚ ਤਿਰੰਗੇ ਨੂੰ ਸलाम ਕਰ ਰਹੇ ਹਨ ਤੇ ਇਸ ਵਿੱਚ ਆਪਾਂ ਸਵੇਰ ਦੀ ਸਵਾ ਕਰ ਰਹੇ ਹਨ ਨੂੰ ਆਪਾਂ ਆਨਸਰ ਨੂੰ ਟਿਕ ਕਰ ਦੇਣਾ ਹੈ ਜੀ ਦੂਸਰਾ ਆਪਣਾ ਹੈ ਜੀ ਤਰੰਗੇ ਵਿੱਚ ਸਭ ਤੋਂ ਉੱਪਰ ਕਿਹੜਾ ਰੰਗ ਹੁੰਦਾ ਹੈ ਤੇ ਤਿਰੰਗੇ ਵਿੱਚ ਸਭ ਤੋਂ ਉੱਪਰ ਰੰਗ ਹੁੰਦਾ ਹੈ ਜੀ ਕੇਸਰੀ ਰੰਗ ਫਿਰ ਹੁੰਦਾ ਹੈ ਆਪਣੇ ਕੋ ਸਫੇਦ ਚਿੱਟਾ ਰੰਗ ਤੇ ਸਭ ਤੋਂ نیچے ਆਪਣੇ ਕੋ ਹੁੰਦਾ ਹੈ ਜੀ ਹਰਾ ਰੰਗ ਤੇ ਸਭ ਤੋਂ ਉੱਪਰ ਪੁੱਛਿਆ ਗਿਆ ਹੈ ਉਹ ਆਪਣੇ ਕੋ ਕੇਸਰੀ ਰੰਗ ਹੁੰਦਾ ਹੈ ਜੀ ਅੱਠਵਾਂ ਹੈ ਤਿਰੰਗੇ ਦੇ ਵਿੱਚ ਘਾਰ ਜੋ ਸਫੇਦ ਪੱਟੀ ਵਿੱਚ ਬਣੀ ਤਸਵੀਰ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਅਸ਼ੋਕ ਚੱਕਰ ਅਗਰਾ ਹੈ ਜੀ ਆਪਣੇ ਕੋ ਜਿਵੇਂ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਹੈ ਇਸੇ ਤਰ੍ਹਾਂ ਸਾਡਾ ਜੋ ਰਾਸ਼ਟਰੀ ਪੰਛੀ ਹੈ ਉਹ ਕਿਹੜਾ ਹੁੰਦਾ ਹੈ ਤੇ ਉਹ ਹੁੰਦਾ ਹੈ ਜੀ ਮੋਰ ਸੀ ਆਪਸ਼ਨ ਆ ਜਾਏਗੀ ਨੈਕਸਟ ਹੈ ਜੀ ਹੇਠ ਲਿਖੀ ਸਤਰ ਨੂੰ ਪੂਰਾ ਕਰਨਾ ਹੈ ਇਸ ਦੀ ਮਿੱਟੀ ਵਿੱਚ ਉਗਦੇ ਨੇ ਮੋਤੀਆਂ ਵਰਗੇ ਦਾਣੇ ਇਹ ਮਿੱਟੀ ਤਾਂ ਮਾਂ ਹੁੰਦੀ ਹੈ ਆਖਣ ਲੋਕ ਸਿਆਣੇ ਤੇ ਇੱਥੇ ਆਪਣੇ ਕੋਲ ਸੀ ਆਪਸ਼ਨ ਆ ਜਾਏਗੀ ਜੀ ਆਖਣ ਲੋਕ ਸਿਆਣੇ ਸਮਗਲ ਆਪਨੇ ਕੋ ਹੈ ਜੀ ਪ੍ਰਸ਼ਨ ਨੰਬਰ 11 ਤੋਂ ਪ੍ਰਸ਼ਨ ਨੰਬਰ 20 ਤੱਕ ਪੜ ਕੇ ਆਪਾਂ ਸਹੀ ਜੋ ਵਿਕਲਪ ਹੈ ਉਸ ਦੇ ਅਨਸਰ ਦੇਣੇ ਹਨ ਜੀ 10 ਨੰਬਰ ਦਾ ਹੈ ਜੀ ਪਹਿਲਾ ਕੁਐਸਚਨ ਹੈ ਆਪਣੇ ਕੋ ਹੀਠਾਂ ਲਿਖਿਆ ਵਿੱਚ ਨਿੱਕੀ ਸ਼ਬਦ ਦਾ ਬਹੁਵਚਨ ਕੀ ਹੋਏਗਾ ਤੇ ਨਿੱਕੀ ਦਾ ਬਹੁਵਚਨ ਹੋਏਗਾ ਜੀ ਨਿੱਕੀਆਂ ਜਿਸ ਦਾ ਆਪਾਂ ਬਹੁਵਚਨ ਲਿਖਣਾ ਹੈ ਨਿੱਕੀ ਦਾ ਬਹੁਵਚਨ ਕੀ ਹੋ ਜਾਏਗਾ ਨਿੱਕੀਆਂ ਅਗਲਾ ਹੈ ਜੀ ਹੀਠਾਂ ਲਿਖਿਆ ਵਿੱਚੋਂ ਦਾਦਾ ਜੀ ਸ਼ਬਦ ਦਾ ਲਿੰਗ ਬਦਲ ਕੇ ਕਿਹੜਾ ਸ਼ਬਦ ਸਹੀ ਹੋਵੇਗਾ ਤੇ ਇਸ ਨੂੰ ਆਪਣੇ ਕੋ ਆ ਜਾਏਗਾ ਜੀ ਦਾਦਾ ਦਾ ਜੋ ਲਿੰਗ ਬਦਲ ਕੇ ਆ ਜਾਏਗਾ ਦਾਦੀ ਜੀ ਆ ਜਾਏਗਾ ਜੀ ਅਗਲਾ ਆਪਣੇ ਕੋ ਕੁਸਚਨ ਹੈ ਜੀ ਮਨਮੋਣੀ ਸ਼ਬਦ ਦਾ ਸਮਾਨਾਰਥਕ ਸ਼ਬਦ ਕੀ ਹੋਏਗਾ ਮਨਮੋਣੀ ਮਤਲਬ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲਾ ਇਸ ਨੂੰ ਵੀ ਤੁਸੀਂ ਟੇਕ ਕਰ ਸਕਦੇ ਹੋ ਜਾਂ ਮਨ ਨੂੰ ਚੰਗੀ ਲੱਗਣ ਵਾਲੀ ਬਟ ਇਸ ਦੇ ਵਿੱਚ ਰਾਈਟ ਆਪਸ਼ਨ ਤੁਹਾਡੇ ਕੋ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲਾ ਹੀ ਆਏਗਾ ਇਸ ਤਰ੍ਹਾਂ ਅਗਲਾ ਕੁਸਚਨ ਹੈ ਜੀ ਕਦੇ ਕਦੇ ਦਾ ਵਿਰੋਧੀ ਸ਼ਬਦ ਕੀ ਹੋਵੇਗਾ ਤੇ ਇਸ ਦਾ ਆਨਸਰ ਆਏਗਾ ਜੀ ਹਮੇਸ਼ਾ ਹਮੇਸ਼ਾ ਅਗਲਾ ਹੈ ਜੀ ਆਪਣੇ ਕੋ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸ਼ੁੱਧ ਹੈ ਇਹ ਚਾਰ ਸ਼ਬਦ ਲਿਖੇ ਹੋਏ ਹਨ ਇਹਨਾਂ ਵਿੱਚ ਸ਼ੁੱਧ ਸ਼ਬਦ ਦੇਖਣਾ ਹੈ ਕਿ ਜੋ ਬਿਲਕੁਲ ਸਹੀ ਲਿਖਿਆ ਹੈ ਉਹ ਹੈ ਜੀ ਸੀ ਆਪਣੇ ਕੋ ਇੰਗਲੈਂਡ ਨੈਕਸਟ ਆਪਣੇ ਕੋ ਹੈ ਜੀ ਕੁਸ਼ਨ ਨੰਬਰ 16 16ਵਾਂ ਆਪਣੇ ਕੋ ਇਸ ਤਰ੍ਹਾਂ ਹੈ ਜੀ ਹੇਠ ਲਿਖੇ ਸ਼ਬਦ ਕਿਸ ਨੇ ਕਹੇ ਹਰ ਗੱਲ ਦਾ ਕਿਸੇ ਠੀਕ ਸਮੇਂ ਮੁੱਲ ਹੁੰਦਾ ਹੈ ਤੇ ਇਹ ਸਤੁਣ ਸ਼ਬਦ ਡਾਕਟਰ ਰਜਿੰਦਰ ਨੇ ਕੁੰਦਲ ਲਾਲ ਨੂੰ ਕਹੇ ਸਨ ਤੇ ਇਸ ਲਈ ਆਪਣੇ ਕੋ ਸੀ ਆਪਸ਼ਨ ਆ ਜਾਏਗੀ ਜੀ ਨੈਕਸਟ ਹੈ ਜੀ ਇਹ ਠਾ ਲਿਖਿਆਵਾਂ ਵਿੱਚੋਂ ਪੜਨਾਮ ਸ਼ਬਦ ਸ਼ਣੋ ਇਹਨਾਂ ਵਿੱਚੋਂ ਆਪਾਂ ਪੜਨਾਮ ਸ਼ਬਦ ਚੁਣਨਾ ਹੈ ਜੀ ਪੜਨਾਮ ਹੁੰਦਾ ਹੈ ਜੋ ਕਿਸੇ ਨਾਮ ਦੀ ਜਗ੍ਹਾ ਤੇ ਆਵੇ ਤੇ ਇੱਥੇ ਆਪਣੇ ਕੋਲ ਬੀ ਆਪਸ਼ਨ ਆ ਜਾਏਗਾ ਤੇਰੀ ਨੈਕਸਟ ਹੈ ਜੀ ਆਪਣੇ ਕੋਲ 18ਵਾਂ ਪ੍ਰਸ਼ਨ 18ਵਾਂ ਕੁਐਸਚਨ ਇਹ ਠਾ ਲਿਖਿਆਵਾਂ ਵਿੱਚੋਂ ਕਿਹੜਾ ਸ਼ਬਦ ਖਾਸ ਨਾਮ ਹੈ ਇੱਥੇ ਬੇਟਾ ਸਟੂਡੈਂਟ ਦੇਖੋ ਆਪਣੇ ਕੋਲ ਲਿਖਵਾਂ ਨੇ ਮੁੰਡੇ ਸਕੂਲ ਪੰਜਾਬ ਇਹ ਸਾਰੇ ਇਹ ਸਾਰੇ ਨਾਮ ਤਾਂ ਹਨ ਬਟ ਇਹਨਾਂ ਵਿੱਚੋਂ ਖਾਸ ਨਾਮ ਆਪਾਂ ਚੂਜ਼ ਕਰਨਾ ਹੈ ਖਾਸ ਨਾਮ ਆਪਣੇ ਕੋਲ ਇੱਥੇ ਆਏਗਾ ਜੀ ਪੰਜਾਬ ਨੈਕਸਟ ਹੈ ਜੀ ਹੀ ਥਾਂ ਲਿਖੇ ਵਾਕ ਵਿੱਚ ਖਾਲੀ ਥਾਂ ਵਿੱਚ ਕਿਹੜਾ ਵਿਰਾਮ ਚਿੰਨ ਆਵੇਗਾ ਤੇ ਇੱਥੇ ਕਿਹੜਾ ਵਿਰਾਮ ਚਿੰਨ ਆਏਗਾ ਜੀ ਕੁਐਸਚਨ ਮਾਰਕ ਆਏਗਾ ਤੂੰ ਖਲੋ ਕਿਉਂ ਗਿਆ ਏ ਫਿਰ ਕੁਐਸਚਨ ਮਾਰਕ ਆ ਜਾਏਗਾ ਤਿਤਲੀ ਨੇ ਡੱਬੇ ਖਰਗੋਸ਼ ਨੂੰ ਆਖਿਆ ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ ਬੀਮਾ ਕੁਐਸਚਨ ਸ਼ੁਪਣ ਸ਼ੋਤ ਹੋਣਾ ਇਸ ਦਾ ਸਹੀ ਅਰਥ ਹੁੰਦਾ ਹੈ ਜੀ ਅਲੋਪ ਹੋਣਾ ਸੋ ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ 5 ਪ੍ਰਸ਼ਨਾਂ ਵਿੱਚੋਂ ਕਿਸੇ 4 ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਜੀ ਇਹ ਦੇਖੋ ਇਸ ਪਹਿਲਾਂ ਆਪਾਂ ਇਸ ਪੈਰਾਗ੍ਰਾਫ ਨੂੰ ਪੜ੍ਹਨਾ ਹੈ ਤੇ ਪੈਰਾਗ੍ਰਾਫ ਨੂੰ ਪੜ੍ਹ ਕੇ نیچے ਜੋ ਆਪਣੇ ਕੋ ਕੁਐਸਚਨ ਹਨ ਉਹਨਾਂ ਦੇ ਆਨਸਰ ਦੇਣੇ ਹਨ ਜੀ ਪਹਿਲਾ ਕੁਐਸਚਨ ਦੇਖੋ ਆਪਣੇ ਕੋ ਇਹ ਜੀ ਇਸ ਦਾ ਮੈਂ ਪੈਰੇ ਵਿੱਚੋਂ ਹੀ ਤੁਹਾਨੂੰ ਆਨਸਰ ਟੇਕ ਕਰਵਾ ਰਿਹਾ ਹਾਂ ਕੁੰਗਟ ਬਾਗ ਜੋ ਫੁਲਕਾਰੀ ਹੈ ਉਹ ਕਿਸ ਨੂੰ ਕਹਿੰਦੇ ਹਨ ਉਹ ਫੁਲਕਾਰੀ ਜਿਸ ਦੇ ਉੱਪਰ ਤਿਕੋਣੀ ਸ਼ਕਲ ਦੇ ਵਿੱਚ ਕਢਾਈ ਕੀਤੀ ਗਈ ਹੈ ਤੇ ਬਾਕੀ ਸਾਰੀ ਜਗ੍ਹਾ ਹੈ ਉਹ ਖਾਲੀ ਹੈ ਉਸ ਨੂੰ ਆਪਾਂ ਕੁੰਗਟ ਬਾਗ ਫੁਲਕਾਰੀ ਕਹਿੰਦੇ ਹਨ ਜੀ ਦੂਸਰਾ ਕੁਐਸਚਨ ਹੈ ਲਾਵਾ ਫੇਰੀਆਂ ਦੇ ਮੌਕੇ ਕੁੜੀ ਉੱਤੇ ਦਿੱਤੀ ਜਾਣ ਵਾਲੀ ਫੁਲਕਾਰੀ ਨੂੰ ਕੀ ਕਿਹਾ ਜਾਂਦਾ ਹੈ ਤੇ ਉਸ ਨੂੰ ਕਿਹਾ ਜਾਂਦਾ ਹੈ ਜੀ ਚੌਪ ਚੌਪ ਕਿਹਾ ਜਾਂਦਾ ਹੈ ਜੀ ਤੀਸਰਾ ਹੈ ਜੀ ਚੌਪ ਦੀ ਕਢਾਈ ਕਿਹੋ ਜਿਹੀ ਹੁੰਦੀ ਹੈ ਜੋ ਚੌਪ ਹੈ ਉਸ ਦੀ ਕਢਾਈ ਕਿਹੋ ਜਿਹੀ ਹੁੰਦੀ ਹੈ ਜੀ ਤੇ ਚੌਪ ਦੀ ਕਢਾਈ ਦੇਖੋ ਜੀ ਆਪਣੇ ਕੋਲ ਲਿਖਿਆ ਹੋਇਆ ਹੈ ਇਸ ਦੇ ਸਿਰ ਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਜਾਂਦੀ ਹੈ ਉਹ ਹਿੱਸਾ ਜੋ ਕੁੜੀ ਦੇ ਸਿਰ ਅਤੇ ਮੋਢਿਆਂ ਤੇ ਆਉਂਦਾ ਹੈ ਸਿਰਫ ਉੱਥੇ ਕਢਾਈ ਕੀਤੀ ਜਾਂਦੀ ਹੈ ਬਾਕੀ ਹਿੱਸੇ ਤੇ ਕਢਾਈ ਨਹੀਂ ਕੀਤੀ ਜਾਂਦੀ ਹੈ ਜੀ ਅਗਲਾ ਕੁਐਸਚਨ ਆਪਣੇ ਕੋ ਹੈ ਜੀ ਜੋ ਲਾਵਾ ਫੇਰਿਆਂ ਦੇ ਸਮੇਂ ਸ਼ਗਨਾ ਦਾ ਕੱਪੜਾ ਕਿਹੜਾ ਲਿਆ ਜਾਂਦਾ ਹੈ ਤੇ ਉਹ ਲਿਆ ਜਾਂਦਾ ਹੈ ਸ਼ੁੱਬਰ ਦਾ ਸ਼ੁੱਬਰ ਦਾ ਕੱਪੜਾ ਲਿਆ ਜਾਂਦਾ ਹੈ ਜੀ ਅਗਲਾ ਹੈ ਹਰਮੀਤ ਨੂੰ ਫੁਲਕਾਰੀ ਬਾਰੇ ਕੌਣ ਦੱਸ ਰਿਹਾ ਹੈ ਤੇ ਇਸ ਦਾ ਆਨਸਰ ਆ ਜਾਏਗਾ ਉਸ ਦੀ ਮਾਂ ਦੱਸ ਰਹੀ ਹੈ ਜੀ ਅਗਲਾ ਕੁਸ਼ਣ ਆਪਣੇ ਕੋ ਹੈ ਜੀ ਸੋ ਅਗਲਾ ਹੈ ਕਿ ਹੇਠ ਲਿਖੇ ਪੰਜ ਪ੍ਰਸ਼ਨਾਂ ਵਿੱਚੋਂ ਕੋਈ ਚਾਰ ਪ੍ਰਸ਼ਨਾਂ ਦੇ ਆਪਾਂ ਉੱਤਰ ਦੇਣੇ ਹਨ ਤੁਹਾਨੂੰ ਮੈਂ ਪੰਜ ਦੇ ਪੰਜ ਕੁਸ਼ਣ ਨਹੀਂ ਕਰਵਾ ਰਿਹਾ ਹਾਂ ਤੁਸੀਂ ਇਹਨਾਂ ਵਿੱਚੋਂ ਕੋਈ ਆਪਣੇ ਚਾਰ ਲਿਖ ਸਕਦੇ ਹੋ ਜੀ ਪਹਿਲਾ ਕੁਸ਼ਣ ਹੈ ਛੋਟੇ ਚਾਰ ਜੋ ਸੈਭਜਾਦੇ ਹਨ ਛੋਟੇ ਸੈਭਜਾਦਿਆਂ ਦੇ ਨਾਮ ਕੀ ਹੈ ਚਾਰ ਸੈਭਜਾਦੇ ਹਨ ਉਹਨਾਂ ਵਿੱਚੋਂ ਆਪਾਂ ਛੋਟੇ ਸੈਭਜਾਦਿਆਂ ਦਾ ਨਾਮ ਲਿਖਣਾ ਹੈ ਜੀ ਤੇ ਛੋਟੇ ਸੈਭਜਾਦਿਆਂ ਦਾ ਨਾਮ ਆਪਣੇ ਕੋ ਹੈ ਜੀ ਸੈਭਜਾਦਾ ਜੁਰਾਵਰ ਸਿੰਘ ਅਤੇ ਸੈਭਜਾਦਾ ਫਤੇ ਸਿੰਘ ਅਗਲਾ ਹੈ ਜੀ ਆਪਣੇ ਕੋ ਕਲਪਨਾ ਚਾਵਲਾ ਦਾ ਵਿਆਹ ਕਦੋਂ ਹੋਇਆ ਸੀ ਤੇ ਇਹ ਹੋਇਆ ਸੀ ਜੀ 1983 ਦੇ ਵਿੱਚ ਅਗਲਾ ਹੈ ਜੀ ਸ਼ਰਦਾ ਭੈਣ ਜੀ ਦਾ ਹੱਥ ਕਿਸ ਨੇ ਫੜਿਆ ਹੋਇਆ ਸੀ ਤੇ ਉਹ ਸੀ ਜੀ ਹਰਦੀਪ ਨੇ ਜੋ ਉਸ ਨੂੰ ਡੁੱਬਣ ਤੋਂ ਬਚਾਰਿਆ ਸੀ ਜੀ ਅਗਲਾ ਹੈ ਜੀ ਸਾਰਾ ਗੜੀ ਵਿੱਚ ਕਿੰਨੇ ਸੈਨਿਕ ਸਨ ਤੇ ਇਸ ਦੇ ਵਿੱਚ ਸਨ ਜੀ ਆਪਣੇ ਕੋ 21 ਸਿਕ ਸੈਨਿਕਸ ਹਨ ਅਗਲਾ ਹੈ ਜੀ ਸ਼ਹੀਦ ਕਰਤਾਰ ਸਿੰਘ ਸਰਾਬੇ ਨੂੰ ਫਾਂਸੀ ਕਦੋਂ ਹੋਈ ਤੇ ਇਹ ਹੋਈ ਸੀ ਆਪਣੇ ਕੋ ਜੀ 16 ਨਵੰਬਰ 1915 ਨੂੰ ਜੀ ਸੋਲਾ ਕੁਐਸਚਨ ਦੇਖੋ ਜੀ ਆਪਣੇ ਕੋ ਅਗਲੇ ਕੁਐਸਚਨ ਦੇ ਵਿੱਚ ਆਪਣੇ ਕੋ ਹੈ ਜੀ ហេਠਾ ਲਿਖੇ ਵਿਸ਼ੇ ਦੀ ਸਿਰਜਣਾਤਮਕ ਪਰਖ ਮਾਈਂਡ ਮੈਪਿੰਗ ਕਰੋ ਇਹ ਚਾਰੇ ਜੋ ਲਾਈਨਾਂ ਨਿਕਲ ਰਹੀਆਂ ਹਨ ਇਸ ਦੇ ਵਿੱਚ ਆਪਾਂ ਰੇਸ਼ਮ ਦੇ ਕੀੜੇ ਬਾਰੇ ਲਿਖਣਾ ਹੈ ਜੀ ਤਾਂ ਦੇਖੋ ਇੱਕ ਪਾਸੇ ਆਪਾਂ ਲਿਖ ਸਕਦੇ ਹਾਂ ਜੋ ਰੇਸ਼ਮ ਦਾ ਕੀੜਾ ਹੈ ਉਹ ਦਰਖਤ ਦੀਆਂ ਨਰਮ ਪੱਤੀਆਂ ਨੂੰ ਖਾਂਦਾ ਹੈ ਫਿਰ ਉਹ ਸੁਨਹਿਰੀ ਧਾਗਾ ਬਣਾਉਂਦਾ ਹੈ ਉਸ ਦੇ ਦੁਆਰਾ ਬਣਾਈ ਗਏ ਕੋਠੀ ਨੂੰ ਕੋਕੂਨ ਕਿਹਾ ਜਾਂਦਾ ਹੈ ਜਾਂ ਉਹ ਇੱਕ ਜੋ ਰੇਸ਼ਮ ਦਾ ਕੀੜਾ ਹੈ ਉਹ ਲਾਸਟ ਵਿੱਚ ਕੀ ਬਣ ਜਾਂਦਾ ਹੈ ਇੱਕ ਖੂਬਸੂਰਤ तितਲੀ ਬਣ ਜਾਂਦਾ ਹੈ ਇਸ ਤਰ੍ਹਾਂ ਆਪਾਂ 4. ਇਸ ਦੇ ਲਿਖ ਸਕਦੇ ਹਾਂ ਜੀ ਨੈਕਸਟ ਆਪਣੇ ਕੋ ਹੈ ਜੀ ਮੈਚ ਦਾ ਕਾਲਮ ਹੈ ਇੱਥਾਂ ਮਿਲਾਨ ਕਰਨ ਵਾਲਾ ਕੁਐਸਚਨ ਹੈ ਜੀ ਆਪਾਂ ਇੱਥਾਂ ਲਿਖੇ ਸ਼ਬਦਾਂ ਦਾ ਕਿਤਿਆਂ ਦੇ ਨਾਲ ਮਿਲਾਨ ਕਰਨਾ ਹੈ ਜੀ ਪਹਿਲਾਂ ਦੇਖੋ ਜੁਲਾਹਾ ਜੁਲਾਹਾ ਕੀ ਹੁੰਦਾ ਹੈ ਜੀ ਜੋ ਕੱਪੜੇ ਬਣਾਉਂਦਾ ਹੈ ਅਧਿਆਪਕ ਜੋ ਪੜਾਉਣ ਦਾ ਕੰਮ ਕਰਦਾ ਹੈ ਡਾਕਟਰ ਜਾਂ ਵੇਦ ਜੋ ਮਰੀਜ਼ਾਂ ਨੂੰ ਦਾ ਲਾਜ ਕਰਦਾ ਹੈ ਤੇ ਜੋ ਮੋਚੀ ਹੈ ਉਹ ਕੀ ਕਰਦਾ ਹੈ ਜੀ ਚਮੜੇ ਦਾ ਕੰਮ ਕਰਦਾ ਹੈ ਜੀ ਨੈਕਸਟ ਹੁਣ ਆਪਣੇ ਕੋ ਦੇਖੋ ਜੀ ਆਪਾਂ ਇਹਨਾਂ ਸ਼ਬਦਾਂ ਦੇ ਕੀ ਕਰਨੇ ਹਨ ਜੀ ਵਾਕ ਬਣਾਉਣੇ ਹਨ ਜੀ ਪਹਿਲਾ ਹੈ 베ਰੀ ਤੇ ਕਹਿ ਸਕਦੇ ਆਪਾਂ 베ਰੀ ਮੇਰੇ ਘਰ 베ਰੀ ਦਾ ਪੌਦਾ ਲੱਗਾ ਜਾਂ ਮੇਰੇ ਪਰ 베ਰੀ ਦਾ ਦਰਖਤ ਲੱਗਾ ਹੋਇਆ ਹੈ ਜੀ ਅਗਲਾ ਪਤੀਲਾ ਪਹਿਲਾ 베ਰੀ ਹੋ ਗਿਆ ਪਤੀਲਾ ਪਤੀਲੇ ਨੂੰ ਸਾਫ਼ ਕਰੋ ਤੀਸਰਾ ਆਪਣੇ ਕੋ ਹੈ ਜੀ ਸੇਵਕ ਮੈਂ ਗੁਰੂ ਘਰ ਦਾ ਸੇਵਕ ਹਾਂ ਇਸ ਤਰ੍ਹਾਂ ਤੁਸੀਂ ਲਿਖ ਸਕਦੇ ਹੋ ਜੀ ਨੈਕਸਟ ਆਪਣੇ ਕੋ ਹੈ ਜੀ ਅਗਲਾ ਦਿਤੀਆਂ ਗਈਆਂ 17 ਦੇ ਵਿੱਚ ਵਿਰਾਮ ਚਿੰਨ ਲਗਾਓ ਵਿਰਾਮ ਚਿੰਨ ਲਗਾਣਾ ਹੈ ਪਹਿਲਾਂ ਦੇਖੋ ਆਪਣੇ ਕੋ ਪਹਿਲਾ ਹੈ ਤੁਸੀਂ ਛੱਡੋ ਨਾ ਜੋ ਕੀ ਲੈਣਾ ਹੈ ਇਸ ਵਿੱਚ ਆਏਗਾ ਤੁਸੀਂ ਛੱਡੋ ਤੋਂ ਬਾਅਦ ਆਪਣੇ ਕੋ ਇੱਥੇ ਕਾਮਾ ਆ ਜਾਏਗਾ ਨਾਂ ਵਿੱਚੋਂ ਕੀ ਲੈਣਾ ਹੈ ਇੱਥੇ ਆਪਾਂ ਆਪਣੇ ਕੋ ਡੰਡੀ ਆ ਜਾਏਗੀ ਦੂਸਰਾ ਹੈ ਨਹੀਂ ਮੈਂ ਮਜ਼ਦੂਰੀ ਨਹੀਂ ਲੈਂਦਾ ਨਹੀਂ ਤੋਂ ਬਾਅਦ ਕਾਮਾ ਪਾਣਾ ਹੈ ਨਹੀਂ ਮੈਂ ਮਜ਼ਦੂਰੀ ਨਹੀਂ ਲੈਂਦਾ टीम तो महाराज दे वजीए तो इतने ढीम तो बाद कौम आ जाएगा जीमन तुम इस तरह फुल जो डबल कौम उसके हो टीम त महाराज जी दे जी इत डंडी आ जाएगी हाँ हाँ तो बाद इतने अपने को जो विस्मिक चिन्ह है वह आ जाएगा जी इस तरह मेरा पतीला मोहरा नाल भरया होया है इतने डंडी आ जाएगी जी तो नैक्सट अपने को है जी ਨੈਕਸਟ ਹੈ ਖਾਲੀ ਥਾਵਾਂ ਭਰਨੀਆਂ ਹਨ ਜੀ ਇਹ ਆਪਾਂ ਨੂੰ ਪਹਿਲਾਂ ਇਸ ਦੇ ਜੋ ਖਾਲੀ ਥਾਵਾਂ ਦੇ ਵਿੱਚ ਆਂਸਰ ਆਉਣੇ ਹਨ ਉਹ ਵੀ ਆਪਣੇ ਕੋਲ ਲਿਖੇ ਹੋਏ ਹਨ ਪਹਿਲਾ ਹੈ ਜੀ ਕੰਬਾਈਨ ਨੂੰ ਬੇਰੋਕ ਬੇਰੋਕ ਡੈਸ਼ ਲਈ ਰੁੱਖ ਵਧਣ ਦਾ ਇਰਾਦਾ ਬਣਾਇਆ ਤੇ ਇਸ ਦੇ ਵਿੱਚ ਆਏਗਾ ਬੇਰੋਕ ਚਲਾਉਣ ਲਈ ਪਹਿਲੇ ਵਿੱਚ ਚਲਾਉਣਾ ਆ ਜਾਏਗਾ ਦੂਸਰਾ ਹੈ ਕੋਹਾੜਾ ਧੀਰਜ ਨਾਲ ਕੋਹਾੜਾ ਧੀਰਜ ਦੇ ਨਾਲ ਬੋਲਿਆ ਇੱਥੇ ਦੂਸਰੇ ਵਿੱਚ ਬੋਲਿਆ ਆ ਜਾਏਗਾ ਤੀਸਰਾ ਹੈ ਜੀ ਪਹਿਲਾਂ ਰੋਟੀ ਪਹਿਲਾ ਰੋਟੀ ਖਾ ਲਓ ਇੱਥੇ ਖਾ ਲਓ ਆ ਜਾਏਗਾ ਜੀ ਖਾਲੀ ਥਾਂ ਦੇ ਵਿੱਚ ਅਗਲਾ ਹੈ ਜੀ ਮੈਂ ਆਪਣਾ ਜਨਮ ਦਿਨ ਰੁੱਖ ਲਾ ਕੇ ਡੈਸ਼ ਹੈ ਡੈਸ਼ ਹੈ ਜੀ ਮਨਾਉਣਾ ਮੈਂ ਆਪਣਾ ਜਨਮ ਦਿਨ ਰੁੱਖ ਲਾ ਕੇ ਮਨਾਉਣਾ ਹੈ ਨੈਕਸਟ ਆਪਣੇ ਕੋ ਹੈ ਜੀ ਸਟੂਡੈਂਟ ਮਾਮੇ ਦੇ ਵਿਆਹ ਤੇ ਜਾਣ ਲਈ ਛੁੱਟੀ ਲੈਣ ਲਈ ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਅਰਜ਼ੀ ਲਿਖਣੀ ਹੈ ਜਾਂ ਅੱਖੀਂ ਡਿੱਠਾ ਮੇਲਾ ਦਾ ਲੇਖ ਲਿਖਣਾ ਹੈ 75 ਤੋਂ ਲੈ ਕੇ 100 ਸ਼ਬਦਾਂ ਦੇ ਵਿੱਚ ਇਹ 10 ਨੰਬਰ ਦਾ ਹੋਏਗਾ ਤੇ ਸਟੂਡੈਂਟ ਸਾਰਾ ਹੀ ਜੋ ਕੁਐਸਚਨ ਹੈ ਉਹ ਤੁਸੀਂ ਬਹੁਤ ਹੀ ਸੁੰਦਰ ਲਿਖਾਈ ਦੇ ਵਿੱਚ ਕਰਨਾ ਹੈ ਕਿਉਂਕਿ ਸੁੰਦਰ ਲਿਖਾਈ ਦੇ ਵੀ ਤੁਹਾਨੂੰ 10 ਅੰਕ ਮਿਲਣਗੇ ਜੀ ਹੋਪ ਹੈ ਸਟੂਡੈਂਟ ਤੁਹਾਨੂੰ ਸਾਰੇ ਹੀ ਜੋ ਕੁਐਸਚਨ ਕਰਵਾਏ ਹਨ ਉਹ اچھی ਤਰ੍ਹਾਂ ਸਮਝ ਲੱਗੇ ਹੋਣਗੇ ਜੇਕਰ ਵੀਡੀਓ ਤੁਹਾਨੂੰ अच्छी ਲੱਗੀ ਤੇ ਇਸ ਨੂੰ ਲਾਈਕ ਕਰ ਤੇ ਸ਼ੇਅਰ ਜਰ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਵੀ ਜਰ ਪ੍ਰੈਸ ਕਰ ਦੇਣਾ ਧੰਨਵਾਦ